हेलो जी, सत श्री अकाल, सलाम अदाब नमस्कार जी सारिया नूं। पिंड पंजाब दे चैनल ते तुहाडा स्वागत है। पिछले ब्लॉग विच आपां तुहानूं दिखाया सी जी, आपां भी शॉपिंग करन जा रहे हांगे कपड़ियां दी, ते सानूं शॉपिंग करदिआं नूं हनेरा हो गया उत्थे, क्योंकि कम ज़्यादा सी, सानूं कपड़ा लीड़ा सी बहुत ज़्यादा खरीदना सी। ते इत्थे पहलां आपां रोटी टुक दी तैयारी करदे हां जी, रोटी टुक बना लईए। ते इधर बच्चे धनिया डुंग रहे ने, कुछ सब्जी पई है, कुछ आपां चटनी बना लांगे। चलो जी, पहला आपां रोटी बना लईए, खा लईए, पका लईए, फिर आपां तुहानूं कपड़े दिखाउने आ जिहड़े आपां लै के आएंगे। ते कपड़े किन्ने महंगे ने, सस्ते ने, उह तुसीं दस्सिओ वी किस तरह दे कपड़े ने, वी तुहाडे शहर दे विच किस तरह दे ने, तुसीं जरूर कमेंट करिओ। पहला आपां खा पका लईए जी, खा पका के बर्तन साफ करके, रसोई साफ करके अंदर जाने आ, उस तो बाद तुहानूं कपड़े दिखाउने आ। ते उन्ने टाइम दे विच जे तुसीं चैनल नूं सबसक्राइब नहीं करिआ, प्लीज़ सबसक्राइब जरूर कर दिओ। जे ब्लॉग वधिया लग्गिआ लाइक शेयर कमेंट करना बिल्कुल नहीं भुल्लणा। चलो जी, पहला रोटी बना लईए। इतना बोर ही है जे, कढ़ने कढ़ लो। मैं मुझे रोनी है, मैं सिकड़ा पी सारे याद है मेरे कपड़े हट कर ना, इधर कारे इस पासे लाना है, मैं नहीं सकती इधर ना, रोनी जा काट लो सारा फोन सोने बात से बात हुई है मेरे को। प्लेन सूट ने बिच वाइट दुपट्टे भी ਦਿੱਤੇ ਨਹੀਂ ਆਈ ਸਟਾਈਲ ਉਹਨਾਂ ਨੇ ਉੱਥੇ ਪਾ ਬਾਲੇ ਪਏ ਮੈਂ ਜਾ ਲਈ ਇਹਦੇ ਨਾਲ ਹੋਰ ਹੋਈ ਕਿੱਥੇ ਸੁਣ ਨਾ ਉਹਦੇ ਮੇਰੇ ਰਿਜੈਕਟ ਕਰਕੇ ਆਈ ਹੈ ਮੇਰੇ ਕੋਲ ਇਹਦਾ ਮੇਰੇ ਨੇ ਇੱਧਰ ਲਿਆ ਦੋ ਮਾਤਾ ਦੀ ਲੈਂਦੀ ਤੇ ਇਹਨਾਂ ਨੂੰ ਮੇਰੇ ਰਿਜੈਕਟ ਕੀਤੇ ਨਹੀਂ ਉਹਦੇ ਲੱਗੇ ਨਾ ਮਾਨ ਦਾ ਤੇਰੀ ਮੰਮੀ ਲੈਂਦੀ ਸੀ ਉਹਦੇ ਕੋਲ ਹੈ ਨਹੀਂ ਸੀ ਬਲੈਕ ਹੋਰ ਹਾਂ ਹੁਣ ਕਹਿੰਦੀ ਲੈ ਨਾ ਚੱਕ ਰਿਆ ਉਡੀ ਸਾਨੂੰ ਪਹਿਲਾਂ ਮੇਰੇ ਵਾਲ ਖੋਲਿਆ ਮੈਨੂੰ ਜੇ ਤੇਰੀ ਉਡੀ ਮਨਵੀਰ ਦੇ ਇਅਰਿੰਗਸ ਨੇ ਉਹ ਹਾਂ ਸ਼ੋਰ ਇਹਦੇ ਪੈਰ ਧੁੱਪਾ ਲੱਗਾ ਹਨਾ ਹੋਰ ਮੈਂ ਹੀ ਪਾਉਂਦੀ ਨਹੀਂ ਆ ਕਿੱਥੇ ਪਾਉਂਦੀ ਆ मासी मैं तो बड़े भी पाए पाए ने ए पाके पता गुरली ने मनवीर की लगूगी है मैं दस दी हूं तुसी दस दो नी बने जा गड्डी वाली कुड़िए बंजार नु हां गड्डी लहर वाली नी नी बने जा रिन कुड़िए ते मासड़ नु भी दे रहे औड़ियां सामान जल्दी है लो जी अपन थोड़ा सामान लेके आंदा ए वाला सामान ਇਹਦੇ ਬਿਨਾ ਸਰਦਾਰੀ ਬਿਲਕੁਲ ਵਿੱਚ ਹੀ ਬੇਰੇ ਤੈਂ ਸੂਟ ਫੜ ਲਿਆ ਇਹਦੇ ਅੰਦਰ ਤੂੰ ਕਿਹੜਾ ਸੂਟ ਇਹ ਆਪਣੇ ਕਢਾਈ ਵਾਲੇ ਸੂਟ ਕਿੱਥੇ ਨੇ ਉਹ ਆਏ ਕਹਿੰਦੀ ਆ ਸਕੂਟਰੀ ਚ ਤੇ ਕੱਢ ਲੈਣੇ ਤੂੰ ਹਾਂ ਆ ਮੈਂ ਇੱਕ ਨਿਊ ਲਿਪਸਟਿਕ ਲਿਆਂਦੀ ਆ ਇਹ ਸ਼ੇਡ ਬਸ ਮਾੜੀ ਜੀ ਨਹੀਂ ਕੋਈ ਨਹੀਂ ਤੇਰੀ ਖਰੀਦ ਜੇ ਤੈਨੂੰ ਮੁੱਕ ਜਾਣੀ ਸਾਰੀ ਹੋਰ ਮੈਂ ਡੇਲੀ ਲਾਉਣੀ ਆ ਮੈਂ ਵਾਲੀਆਂ ਨਹੀਂ ਖਰੀਦਦੀ ਦੋ ਤਿੰਨ ਰੰਗ ਨੇ ਮੇਰੇ ਕੋਲ ਵਾਲੇ ਵਾਲੇ ਪਾਸ ਵਿੱਚ ਤੇ ਕਿਹੜੀ ਨਹੀਂ ਖਰੀਦਦੀ ਤਿੰਨ ਰੰਗ ਨੇ ਮੈਨੂੰ ਉਹੀ ਵਧੀਆ ਲੱਗਦੇ ਨੇ ਲਓ ਜੀ ਮੈਂ ਤੁਹਾਨੂੰ ਨਾ ਕੱਪੜੇ ਦਿਖਾਉਣੀ ਆ ਹੁਣ ਜਿਹੜੇ ਲਿਆਂਦੇ ਉਹ ਜੀ ਇਹ ਹੈਗਾ ਮਾਸਟਰ ਜੀ ਦਾ ਕੋਟ ਫਲਫੀ ਕੋਟ ਆ ਇਹਦਾ ਕਲਰ ਹੈਗਾ ਗ੍ਰੀਨ ਆ ਮਾਸਟਰ ਜੀ ਹਰ ਵੇਲੇ ਬਲੈਕ ਬਲੂ ਇਹੋ ਜਿਹੇ ਕਲਰ ਹੁੰਦੇ ਨੇ ਇਹਨਾਂ ਕੋਲ ਕਾਫੀ ਜ਼ਿਆਦਾ ਕੋਟ ਨੇ ਪਰ ਕਲਰ ਇਹੀ ਨੇ ਪਹਿਲੀ ਵਾਰ ਇਹਨਾਂ ਨੇ ਇਸ ਤਰ੍ਹਾਂ ਦਾ ਗ੍ਰੀਨ ਕਲਰ ਖਰੀਦਿਆ ਵੀ ਮਨਵੀਰ ਨੇ ਕਿਹਾ ਵੀ ਡੈਡੀ ਨਹੀਂ ਗ੍ਰੀਨ ਲਓ ਗ੍ਰੀਨ ਲਓ ਇੱਕ ਸਕਿਨ ਸੀ ਇਹਦੇ ਵਿੱਚ ਪੁਲਿਸ ਵਾਲਾ ਕਲਰ ਹੁੰਦਾ ਸਕਿਨ ਨਹੀਂ ਖਾਕੀ ਉਹ ਵੀ ਬਹੁਤ ਸੋਹਣਾ ਸੀ ਮਾਸਟਰ ਜੀ ਨੇ ਦੋ ਖਰੀਦੇ ਨੇ ਦੂਜਾ ਕਿੱਥੇ ਹੈ ਜੀ ਤੇ ਇਹ ਵਾਲੀ ਇੱਕ ਖਰੀਦੀ ਹੈ ਸ਼ਵੈਟ ਸ਼ਰਟ ਮਾਸਟਰ ਜੀ ਦੀ ਹੈ ਵੀ ਜਿਹੜੇ ਕੱਪੜੇ ਨੇ 11300 ਦੇ ਨੇ ਸਾਰੇ ਦੋ ਮਾਸਟਰ ਜੀ ਦੇ ਆ ਗਏ ਇਹਦੇ ਵਿੱਚ ਇਹ ਵਾਲੀ ਹੈਗੀ ਸਵੈਟ ਸ਼ਰਟ ਆ ਭਾਈ ਸਾਡਾ ਜਿਹੜਾ ਸੁਨਾਮ ਹੈ ਜਨਾ ਕੋਟੀਆਂ ਸਵੈਟਰਾਂ ਜਿਹੜੀ ਵਧੀਆ ਚੀਜ਼ ਨੇ ਜੀ ਉਹ ਮਹਿੰਗੀ ਹੈ ਤੇ ਬਾਕੀ ਸੇਲ 'ਚ ਵੀ ਅੱਜ ਸੇਲ ਲੱਗ ਰਹੀ ਸੀ ਉੱਥੇ ਵੀ ਭੀੜ ਬਹੁਤ ਵੱਧ ਜ਼ਿਆਦਾ ਸੀ 300 ਦੇ ਫਲਫੀ ਉਹ ਵੀ ਸੀ ਪਰ ਉਹਨਾਂ ਕਿ ਦੇਖੋ ਚੀਜ਼ ਦਾ ਫਰਕ ਹੁੰਦਾ ਠੀਕ ਹੈ ਦੋ ਰਿਪਨ ਦੇ ਲਿਆਂਦੇ ਨੇ ਇਹ ਹੈਗਾ ਰਿਪਨ ਦਾ ਸਵੈਟਰ ਇਹ ਸਵੈਟਰ ਦਾ ਕਲਰ ਹੈਗਾਗਾ रूबी शेड है रूबी है कभी नहीं है रूबी शेड है ठीक है जी इस तरह की बैग है ये ना बढ़िया ठंड च छाती रिगा रखता स्वेटर ये को रह गया पहला तीन स्वेटर से दो उच्चे हो गए असं देते हूँ जो पा के रखता ना
ਉਹ ਮੇਰਾ ਬੁਣਿਆ ਹੋਇਆ ਜਦੋਂ ਵਿਚਾਰਾ ਉਹਦੀ ਕਹਿੰਦਾ ਮੰਮਾ ਮੇਰਾ ਸਵੈਟਰ ਗੰਦਾ ਹੋ ਗਿਆ ਇਹ ਵਾਲਾ ਬਲੈਕ ਉਹ ਆ ਜਿਹੜਾ ਜੀ ਫਲਫੀ ਕੋਟ ਇਹ ਮਨਵੀਰ ਦਾ ਮਨਵੀਰ ਨੇ ਕੋਈ ਪਾ ਕੇ ਦੇਖਿਆ ਸੀ 1500 ਰੁਪਏ ਤੇ ਰੇਟ ਲਿਖਿਆ ਫਿਰ 10% ਡਿਸਕਾਊਂਟ ਤੇ ਠੀਕ ਹੈ ਜੀ ਇਹ ਬਲੇਜਰ ਹੋ ਗਿਆ ਉਹ ਕੋਟ ਹੋ ਗਿਆ ਮਨਵੀਰ ਦਾ ਹੁਣ ਨੈਕਸਟ ਮੈਂ ਇੱਥੇ ਕੋਟੀ ਨਹੀਂ ਲਿਆਂਦੀ ਇੱਕ ਕੋਟੀ ਵੀ ਲਿਆਂਦੀ ਸੱਚ ਦੋ ਮੇਰੇ ਨੇ ਇੱਕ ਬਲੇਜਰ ਲਿਆਂਦਾ ਸਭ ਤੋਂ ਮਹਿੰਗਾ ਮੇਰਾ ਬਲੇਜਰ ਹੈਗਾ ਜੋ ਬਹੁਤ ਜ਼ਿਆਦਾ ਕੋਸਟਲੀ ਹੈ ਇਹ ਵਾਲਾ ਮੇਰਾ ਬਲੇਜਰ ਹੈ ਤੇ ਇਹਦਾ ਕਲਰ ਹੈ ਜਿਹੜਾ ਵਾਈਨ ਸ਼ੇਡ ਹੈ ਵਾਈਨ ਵਾਈਨ ਸ਼ੇਡ ਦਾ ਬਲੇਜਰ ਹੈ ਬੁਲਨ ਦੀ ਕੋਟੀ ਰਿਪਨ ਤੂੰ ਆਪਦੇ ਕੱਪੜੇ ਦੇਖ ਲੈਂਦੇ ਹਾਂ ਇਹਦੇ ਕੋਲ ਫਲਫੀ ਕੋਟ ਹੈਗਾ ਮੈਨੂੰ ਨਾ ਰਿਪਨ ਦੇ ਆਹ ਕੋਟੀਆਂ ਪਾਈਆਂ ਹੋਈਆਂ ਬੜੀਆਂ ਸੋਹਣੀਆਂ ਲੱਗਦੀਆਂ ਨੇ ਜਿੱਪਰ ਹੈ ਇਹ ਜਿੱਪ ਲੱਗਦੀ ਹੈ ਠੀਕ ਹੈ ਇਹਦੇ ਪਾ ਜਦੋਂ ਇਹ ਕੋਟੀ ਪਾ ਲੈਂਦਾ ਹਨਾ ਤੇ ਉੱਪਰ ਇਹ ਪਟਕਾ ਬੰਨ ਲੈਂਦਾ ਇੰਨਾ ਸੋਹਣਾ ਲੱਗਦਾ ਮੈਨੂੰ ਤੇ ਇਹ ਕੋਟੀਆਂ ਨਾਲ ਇੱਕ ਇਹਦੇ ਕੋਲ ਪਿਛਲੇ ਸਾਲ ਵੀ ਲਿਆਂਦੀ ਸੀ ਮੈਂ ਰੈੱਡ ਇਹ ਉਸ ਤੋਂ ਜ਼ਿਆਦਾ ਵਧੀਆ ਕਿਉਂਕਿ ਜੇ ਇਹ ਸਿੰਪਲ ਨਾ ਕੋਟੀ ਨਹੀਂ ਹੈਗੀ ਉੱਪਰ ਤਾਂ ਇਹਦੇ ਬੂਲ ਹੈ ਤੇ ਅੰਦਰਲੀ ਸਾਈਡ ਨਾ ਇਹਦੇ ਗਰਮ ਕੱਪੜਾ ਲੱਗਿਆ ਹੋਇਆ ਇਕੱਲਾ ਇਸ ਤਰ੍ਹਾਂ ਨਹੀਂ ਹੈਗੀ ਵੀ ਬੂਲ ਦੀ ਕੋਟੀ ਹੈ ਆਪਣਾ ਕੈਮਰਾ ਬਹੁਤ ਹੀ ਜ਼ਿਆਦਾ ਦੂਰ ਹੈ ਨਾ ਦੇਖੋ ਅੰਦਰਲੀ ਸਾਈਡ ਇਹਦੇ ਗਰਮ ਕੱਪੜਾ ਉੱਪਰ ਕੋਟੀ ਹੈ ਨਿੱਘ ਦੇਣ ਵਾਲੀ ਕੋਟੀ ਹੈ ਤੇ ਨਿੱਘ ਦੇਊਗੀ ਨਗਿਆਸ ਦੇਊਗੀ ਇਹਨੂੰ ਇਹ ਰਿਪਨ ਦੀ ਕੋਟੀ ਹੈ ਇਹਦੀ ਫਰੰਟ ਹੈਗਾ ਇਸ ਤਰ੍ਹਾਂ ਦਾ ਤੇ ਬੈਕ ਹੈਗਾ ਇਸ ਤਰ੍ਹਾਂ ਦਾ ਤੇ ਇਹਦਾ ਰੇਟ ਇਹਦੇ ਉੱਪਰ ਲਿਖਿਆ ਹੋਇਆ ਹੈਗਾ 1375 ਰੁਪਏ 1100 ਦਿੱਤੀ ਹੈ ਤੇ ਦੂਸਰੀ ਇਹ ਵਾਲੀ ਕੋਟੀ ਹੈ ਜੀ ਤੇ ਇਹਦਾ ਰੇਟ ਲਿਖਿਆ ਹੋਇਆ 1350 ਉਹਨਾਂ ਕੋਲ ਇੱਕ ਪੀਸ ਰਹਿ ਗਿਆ ਸੀ ਇੱਕ ਤਾਂ ਕਲਰ ਡਾਰਕ ਸੀ ਤੇ ਉਹਨਾਂ ਨੇ ਮੈਨੂੰ ਡਿਸਕਾਊਂਟ ਦੇ ਵਿੱਚ ਇਹ 700 ਦੀ ਲਈ 600 ਦੀ ਲਈ ਹੈ ਤੇ ਮੈਨੂੰ ਉਹਨਾਂ ਕੋਲ ਮੈਨੂੰ ਕਹਿੰਦੇ ਤੁਹਾਨੂੰ ਅਸੀਂ ਇਹ 900 ਦੀ ਕਿਹਾ ਸੀ ਇਹਨਾਂ ਨੂੰ 800 ਦੀ ਲਾ ਦਾਂਗੇ ਇੱਕੋ ਹੀ ਪੀਸ ਰਹਿੰਦਾ ਇਹ ਵੀ ਡਬਲ ਹੈ ਕੋਟੀ ਸੋਹਣੀ ਹੈ ਇਹ ਦੇਖੋ ਮੈਂ ਕਿਹਾ ਵੀ ਮੈਂ ਤਾਂ ਲੈਣੀ ਨਹੀਂ ਕਹਿੰਦੇ ਤੁਸੀਂ ਲੈ ਲਓ ਚਲੋ 700 ਦੀ ਲਾ ਦੇ ਮੈਂ ਜੇ ਲਾਉਣੀ ਹੈ 600 ਦੀ ਲਾ ਦਿਓ ਫਿਰ ਉਹਨਾਂ ਨੇ 600 ਦੀ ਦੇਤੀ ਸੀ ਉੱਪਰ ਨਾ ਇਹਦੇ ਬਹੁਤ ਸੋਹਣੀ ਕਢਾਈ ਵੀ ਕਰੀ ਹੋਈ ਹੈ ਜਮੀਨ ਵਧੀਆ ਆਉਂਦੀਆਂ ਹੋਰ ਹੀ ਟਾਈਪ ਦੀਆਂ ਆਉਂਦੀਆਂ ਨੇ ਤੇ ਮੈਂ ਤਾਂ ਲੈ ਲਈ 600 ਦੀ ਲਓ ਜੀ ਇਹ ਹੈਗਾ ਗੁਰਲੀਨ ਦਾ ਆਪਾਂ ਸਾਈਜ਼ ਚੈੱਕ ਕਰਵਾ ਲੈਣਾ ਗੁਰਲੀਨ ਦਾ ਫਲਫੀ ਕੋਟ ਹੈ ਤੇ ਇਹਦੇ ਪੈਸੇ ਰੇਟ ਇਹ ਤੇ ਲਿਖਿਆ ਹੋਇਆ 1275 ਰੁਪਏ ਪਤਾ ਨਹੀਂ ਕਿੰਨੇ ਕੁ ਦਿੱਤਾ ਲੈ ਗੁਰਲੀਨ ਪਾ ਕੇ ਦੇਖੋ ਤਾਂ ਗੁਰਲੀਨ ਚੈੱਕ ਕਰੂਗੀ ਹੁਣ ਬਟਨ ਵੀ ਹੈ ਜੀ ਪਰ ਰੰਗ ਪਸੰਦ ਹੈ ਇਹ ਜਾ ਰਿਹਾ ਵੀ ਉਹ ਜਿਹੜਾ ਪਿਓਰ ਨਾਲ ਹਨਾ ਇਹ ਮੈਂ ਵੈਲਵਟ ਦਾ ਸੂਟ ਰੈਡੀ ਕਰਵਾਇਆ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਜੀ ਇਹਦੇ ਨਾਲ ਦਾ ਮੈਂ ਤੁਹਾਨੂੰ ਕਰਵਾ ਕੇ ਦੇ ਸਕਦੀ ਹਾਂ ਕਿਉਂਕਿ ਮੇਰੇ ਕੋਲ ਨਾ ਇਹਦੇ ਨਾਲ ਦਾ ਬੈਲਵਟ ਦਾ ਦੁਪੱਟਾ ਪਿਆ ਸੀ ਇਸ ਕਰਕੇ ਮੈਂ ਇਹ ਵਾਲਾ ਸ਼ੇਡ ਲਗਵਾਇਆ ਆਰੀ ਵਰਕ ਦੇ ਸੂਟ ਕਰਵਾਇਆ ਉੱਪਰ ਨੂੰ ਜਾਂਦੇ ਨੇ ਸੈਂਟਰ ਪੈਨਲ ਤੇ ਕਈ ਵਾਰੀ ਹੈ ਨਾ ਇਸ ਤਰ੍ਹਾਂ ਹੋ ਜਾਂਦਾ ਕਹਿੰਦੇ ਵੀ ਬੈਲਵਟ ਸਾਡੇ ਵੀ ਨਹੀਂ ਸਸਤੀ ਰੇਟ ਮਿਲਦੇ ਜਦੋਂ ਮੈਥੋਂ ਰੇਟ ਪੁੱਛਦੇ ਨੇ ਪਤਾ ਜੀ ਇਹ ਦੂਜੀ ਮੈਕਰੋ ਦੀ ਬੈਲਵਟ ਹੈ ਸਟੈਂਪ ਵਾਲੀ 9000 ਵਾਲੀ ਇਹ ਵਾਲਾ ਇਸ ਤਰ੍ਹਾਂ ਦੀ ਵਰਕ ਕਰਿਆ ਹੋਇਆ ਉੱਪਰ ਨੂੰ ਸੈਂਟਰ ਪੈਨਲ ਜਾਂਦੇ ਨੇ ਤੇ ਇਹ ਹੈਗਾ ਜੀ ਇਹਦਾ ਘੇਰ ਦਾ ਕੰਮ ਇਹ ਆਊਗਾ ਇਹਦੀ ਬਾਂਹ ਤੇ ਤੇ ਸਲਵਾਰ ਤੇ ਵੀ ਮੈਂ ਕਿਹਾ ਸੀ ਕਰਦੀ ਵਰਕਰ ਨੂੰ ਇਹ ਇਹਦੀ ਸਲਵਾਰ ਦਾ ਕੰਮ ਹੈ ਇਹ ਸਲਵਾਰ 'ਤੇ ਆਊਗਾ ਅਤੇ ਮੇਰੇ ਕੋਲ ਇਹਦੇ ਨਾਲ ਤਾਂ ਦੁਪੱਟਾ ਪਿਆ ਹੈਗਾ ਅਤੇ ਆਪਾਂ ਦੁਪੱਟਾ ਇਹ ਲੈ ਲਾਂਗੇ ਠੀਕ ਹੈ ਜੀ ਲਓ ਜੀ ਜੇ ਤੁਸੀਂ ਇਹ ਸੂਟ ਕਰਵਾਉਣਾ ਹੋਊਗਾ ਤਾਂ ਨੰਬਰ ਤੁਹਾਡੇ ਕੋਲ ਹੋਊਗਾ ਤਾਂ ਮੈਂ ਪੰਜਾਬੀ ਕੋਰਨਰ 'ਤੇ ਨੰਬਰ ਦਿੰਦੀ ਰਹਿੰਦੀ ਹੈਗੀ ਇਹ ਵਾਲਾ ਸੂਟ ਤੁਸੀਂ ਕਰਵਾ ਸਕਦੇ ਹੋ ਲਓ ਜੀ ਬਾਹਲੇ ਪੈਸੇ ਲੱਗਦੇ ਨੇ ਕੱਪੜਿਆਂ 'ਤੇ ਤਾਂ ਭੈਣੇ ਅਤੇ ਮਨਵੀਰ ਦਾ ਵੀ ਸੂਟ ਹੈ ਰੋਇਲ ਬਲੂ ਕਲਰ ਦਾ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਮਨਵੀਰ ਦਿਖਾਈ ਤੂੰ ਤੇਰੇ ਵਾਲਾ ਵੀ ਸੂਟ ਸਕਰੀਨ ਤੇ ਨੰਬਰ ਮਿਲ ਜੂਗਾ ਇਹ ਹੈਗਾ ਇਹਦਾ ਘੇਰ ਦਾ ਡਿਜ਼ਾਇਨ ਇਹ ਹੈਂਡ ਵਰਕ ਦੇ ਵਿੱਚ ਵੀ ਸੇਮ ਬਣ ਜੂਗਾ ਜੇ ਤੁਸੀਂ ਹੈਂਡ ਵਰਕ ਕਰਵਾਉਣਾ ਪਰ ਇਹ ਆਪਾਂ ਆਰੀ ਵਰਕ ਦਾ ਕਰਵਾਇਆ ਹੈਗਾ ਇਹ ਮਨਵੀਰ ਦਾ ਹੈਗਾ ਸੂਟ ਇਹਦੇ ਨਾਲ ਦੁਪੱਟਾ ਤਿਆਰ ਕਰਵਾਇਆ ਇਸ ਤਰ੍ਹਾਂ ਦਾ ਇਹ ਹੈਗਾ ਜੀ ਇਸ ਤਰ੍ਹਾਂ ਦਾ ਦੁਪੱਟਾ ਇਹ ਨਾ ਚਨੂਨ ਦਾ ਦੁਪੱਟਾ ਜਿਹੜਾ ਇਸ ਤਰ੍ਹਾਂ ਗੋਟੇ ਲਾ ਕੇ ਤਿਆਰ ਕਰਿਆ ਹੋਇਆ
ਠੀਕ ਹੈ ਜੀ ਖੁੱਲਾ ਡੁੱਲਾ ਦੁਪੱਟਾ ਚਲੋ ਜੀ ਮੈਂ ਹੁਣ ਹਰਕੀਤ ਭੈਣ ਦੇ ਕੱਪੜੇ ਦਿਖਾਉਣੀ ਆ ਸਾਨੂੰ ਸਾਡੇ ਤਾਂ ਹੋ ਗਏ ਹਰਕੀਤ ਭੈਣ ਵਾਲੇ ਦਿਖਾ ਦਿੰਦੇ ਆ ਕਿੱਥੇ ਨੇ ਹਰਕੀਤ ਰਿਹਾ ਕੱਪੜੇ ਉਹ ਇੱਕ ਤਾਂ ਉਹ ਸੂਟ ਥੋੜੇ ਜਿਹੜੇ ਮੁਸਾਫਿਰ ਨੇ ਸੂਟ ਲਿਆ ਜਦ ਉਹ ਚ ਹੈ ਇੱਕ ਦੋ ਸੂਟ ਆਲ ਅੱਡ ਲਾਫਾ ਫਿਸ ਪੈ ਇੱਕ ਕਢਾਈ ਆ ਤੇ ਇੱਕ ਪ੍ਰਿੰਟ ਵਾਲਾ ਵੈਲਵਟ ਦੇ ਸੂਟ ਆਪਾਂ ਪ੍ਰਿੰਟਡ ਨੇ ਉਹ ਤੁਹਾਨੂੰ ਮੈਂ ਉਹ ਚ ਦਿਖਾ ਦੂੰਗੀ ਦੂਸਰੀ ਵੀਡੀਓ ਚ ਨਾ ਹਰਕੀਤ ਭੈਣ ਵਾਲੇ ਵੀ ਮੈਂ ਕੱਲ ਨੂੰ ਵੀਡੀਓ ਦੂੰਗੀ ਪੰਜਾਬੀ ਕਾਰਨਰ ਚੈਨਲ ਤੇ ਠੀਕ ਹੈ ਜੀ ਹੁਣ ਉਹਦੇ ਵਿੱਚ ਨਾ ਕਾਫੀ ਵੱਡੀ ਉਹ ਕੱਪੜਿਆਂ ਦੀ ਗੰਢ ਆ ਉਹਦੇ ਵਿੱਚ ਕੱਪੜੇ ਨੇ ਹੁਣ ਮਨਵੀਰ ਨੇ ਉੱਠ ਕੇ ਖੋਲਣ ਜਾ ਰਹੀ ਤੇ ਮਨਵੀਰ ਨੇ ਮੇਰੇ ਨਾਲ ਬਲੇਜ਼ਰ ਪਾ ਰੱਖਿਆ ਮਨਵੀਰ ਦਿਖਾਈ ਕਿਸ ਤਰ੍ਹਾਂ ਲੱਗਦਾ दो बटन आप होर बंद कर सकते हैं ढिड थोड़ा जिहा वड्डा लगन भी लग गई सांभ के रखने वाली चीजा ने इधरों मेरा बच्चा सुख गुरमन जो कि बट्टा देखा खड़े किसी इधर बराबर ठीक है चलो जी हुण डेढ़ टाइम आएगा 8:05-7 हो गए ने बच्चे दुध बाद पी लिया उसी पी लिया उठी हो गया खुश रहो आबाद रहो हसते रहो वसते रहो चैनल सबसक्राइब करना बिलकुल नहीं भूलना मिलते हैं जी नैक्सट बलॉग तद तक सत श्री अकाल थोड़े मिल गया बस।